ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ। ਅਕਈ ਰਾਜਾ ਬੜਿੰਗ ਨੇ ਬਿਆਨ ਦਿੱਤਾ, ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ, ਤੇ ਕੀ ਕਹਿਣਾ ਬੇਟਾ? ਤੁਹਾਡਾ? ਹਲੇ ਸਮੇਂ ਤੋਂ ਪਹਿਲਾਂ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਔਰ ਨਾ ਹੀ ਮੈਂ ਹਲੇ ਤੱਕ ਕੋਈ ਇਦਾਂ ਦੀ ਖਬਰ ਸੁਣੀ ਹੈ, ਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ।